मोगा के चैंबर रोड पर कोरियर के दफ्तर में हुआ बॉम्ब ब्लास्ट। कोई अज्ञात युवक कोरियर करवाने आया था संगरूर के लिए। ब्लास्ट में कोरियर दफ्तर का मालिक विकास सूद हुआ घायल। आज दोपहर करीबन 12:30 बजे मोगा के चैंबर रोड पर सूद कोरियर दफ्तर में एक ब्लास्ट होने का समाचार है। ब्लास्ट की आवाज इतनी थी कि आसपास के लोग दौड़कर अपनी दुकानों से बाहर आ गए। जानकारी के अनुसार कोई व्यक्ति संगरूर के लिए पार्सल देने के लिए आया था, उसमें ब्लास्ट हो गया जिसमें ऑफिस का मालिक विकास सूद जख्मी हो गया, जिसे उपचार के लिए मोगा के सरकारी अस्पताल में दाखिल करवा दिया गया है। वहीं मौके पर भारी पुलिस कॉल पहुंच गया है और मामले की जांच जारी है। वहीं विकास सूद ने बताया कि उनके पास कोई युवक संगरूर के लिए पार्सल देने आया था, उस पर कोई मोबाइल नंबर नहीं था, तो युवक ने बताया कि उसको किसी ने भेजा है और जब वो उसका वजन करवाने के लिए बाहर जाने लगा तो उसमें ब्लास्ट हो गया। अचानक पार्सल फट जाने से विकास सूद जख्मी हो गया। मौके पर पहुंचे DSP केसर सिंह ने बताया कि मोगा के विकास सूद के ऑफिस में कोई युवक एक पार्सल करवाने के लिए आया था। उसने बताया कि इसमें कपड़े हैं और इसका वजन 3 किलो है। विकास सूद को शक हुआ, जिसके बाद उन्होंने कुछ खोलने के लिए लिया और पार्सल को खोलने लगा तो पार्सल फट गया। इसमें कई बैटरी या कील वगैरह थी। यह कोरियर संगरूर भेजना था, शाहकोट का एड्रेस बताकर इसे देने के लिए आया था। उसने अपना मोबाइल नंबर भी गलत दिया, साथ ही एड्रेस भी गलत दिखाया। इसमें एक युवक विकास सूद जख्मी हुआ है, अभी मामले की जांच जारी है। वहीं मौके पर पहुंचे विकास सूद के बेटे ने बताया कि वो यहां पर नहीं था, जब आकर देखा तो उन्हें पता चला कि यहां पर ब्लास्ट हुआ है जिसमें उनके पिताजी भी घायल हो गए हैं। उन्हें अभी इस मामले में कुछ मालूम नहीं है। मोगा से विपिन ओकारा की खास रिपोर्ट। ਪਟਿਆਲਾ ਗੇਟ ਸੰਗਰੂਰ। ਇਹ ਲੱਗੀਆਂ ਹੈਗੀਆਂ ਜੀ ਕੀਰਤਨ ਵਿਕਾਸ ਉਹਦਾ ਹੈਗਾ ਨਹੀਂ ਕੀ ਪਟਿਆਲਾ ਗੇਟ ਸੰਗਰੂਰ। ਫਿਰ ਦੋ ਜਣੇ ਖੜੇ ਸੀਗੇ, ਉੱਪਰ ਚੜ੍ਹ ਜਾਣਾ ਇੱਥੇ ਉਹ ਸੀਗਾ ਕਿਸੇ ਨਾਲ ਹੋਰ ਸੀਗਾ। ਉਹ ਤਾਂ ਫੋਨ ਆਇਆ ਜੀ।
ਰੋਡ ਅਜੇ ਸ਼ਾਹਪੁਰ ਮਸੀਹ ਵਾਲਾ ਨਾ ਹੈਗਾ ਬੂਟਾ ਕਰਿਆਨਾ ਸਰ ਕੀ ਘਟਨਾ ਹੋਈ ਇੱਥੇ ਪਤਾ ਨੀ ਮੈਂ ਤਾਂ ਕਿਸ ਚੀਜ਼ ਦੁਕਾਨ ਆ ਕੀ ਹੋਇਆ ਸੀ ਇੱਥੇ ਕੀ ਪਤਾ ਲੱਗਿਆ ਤੁਹਾਨੂੰ ਪਟਾਕਾ ਜਿਹਾ ਫੁੱਟਿਆ ਕਿਸ ਚੀਜ਼ ਨੇ ਸੀਗਾ ਪਤਾ ਨੀ ਮੈਨੂੰ ਤੇ ਕੋਈ ਜ਼ਖਮੀ ਹੋਇਆ ਪਾਪਾ ਹੋਏ ਕਿਆ ਨਾਮ ਹੈ ਜੀ ਆਪਕਾ ਵਿਕਾਸ ਜੀ ਆਪਕੀ ਦੁਕਾਨ ਤੇ ਕਿਆ ਹੋਇਆ ਜੀ ਬਸ ਆਹੀ ਤੁਹਾਡੇ ਸਾਹਮਣੇ ਆ ਸਾਰਿਆਂ ਨੂੰ ਪਤਾ ਉੱਥੇ ਆਂਢ ਗੁਆਂਢ ਪੁੱਛ ਲਓ ਨਹੀਂ ਹੋਇਆ ਕਿਆ ਜੋਤੀ ਦੇ ਫਾਦਰ ਹੈਗਾ ਜੀ ਮਾਮਾ ਉਹਨਾਂ ਦਾ ਹੈਗਾ ਸੀਗਾ ਕਿਆ ਹੋਇਆ ਕਿਆ ਬਲਾਸਟ ਕੈਸੇ ਹੋਇਆ ਕੋਰੀਅਰ ਕਰਾਉਣੇ ਆਇਆ ਥਾ ਕੋਈ ਮੇਰੇ ਪਾਸ ਕਸਟਮਰ ਖੜੇ ਤੇ ਅੱਛਾ ਉਹ ਕਹਿੰਦਾ ਵੀ ਮੈਨੇ ਪੁੱਛਿਆ ਇਸਮੇ ਕਿਆ ਪੈਕਟ ਮੰਗਤਾ ਕਹਿੰਦਾ ਵੀ ਇਸਮੇ ਟੀ ਸ਼ਰਟਸ ਹੈ ਜਲਦੀ ਕਰ ਦਿਉ ਮੈਨੂੰ ਰਸੀਦ ਕੱਢ ਕੇ ਦੇ ਦੀ ਫੋਨ ਨੰਬਰ ਉਸ 'ਤੇ ਲਿਖਾ ਨਹੀਂ ਥਾ ਕੋਈ ਵੀ ਮੈਂ ਕਿਹਾ ਸੰਗਰੂਰ ਕਰਾਉਣੀ ਸੀ ਸੰਗਰੂਰ ਕਾ ਫੋਨ ਨੰਬਰ ਨਹੀਂ ਤਾਂ ਉਸ 'ਤੇ ਤਾਂ ਮੈਂ ਕਿਹਾ ਜੀ ਉਸਨੇ ਆਪਕਾ ਨੰਬਰ ਕਿਤਨਾ ਹੈ ਕਹਿੰਦਾ ਕਿਸੇ ਨੇ ਭੇਜਿਆ ਇਸਕਾ ਨੰਬਰ ਹੈ ਨਹੀਂ ਮੈਂ ਕਿਹਾ ਨੰਬਰ ਕੇ ਬਿਨਾ ਜਾਣੇ ਨਹੀਂ ਹੈ ਅਤੇ ਫਿਰ ਨੰਬਰ ਜੋ ਬਤਾ ਦਿਆ ਉਸਨੇ ਮੈਂ ਉਸ 'ਤੇ ਲਿਖ ਦਿਆ ਬਾਅਦ ਮੈਂ ਉਹ ਇੱਕ ਮਿੰਟ ਬੰਦ ਕਰੀ ਬੋਲੋ ਬੋਲੋ ਜੋਤੀ ਕਾ ਮਾਮਾ ਸਾਹਿਬ ਨੇ ਕਿਹਾ ਆਪਣਾ ਕੋਰੀਅਰ ਕਰਾਉਣੇ ਆ ਅਤੇ ਮੈਂ ਕਿਹਾ ਬਾਬੂ ਜੀ ਕਰਾ ਗਿਆ ਕਹਿੰਦਾ ਠੀਕ ਹੈ ਬੇਟਾ ਅਤੇ ਇਹਦਾ ਵੇਟ ਇੰਨਾ ਮੈਂ ਕਿਹਾ ਮੈਂ ਵੇਖ ਕੇ ਆਉਂਦਾ ਤੁਸੀਂ ਬੈਠੋ ਇੱਥੇ ਬੈਠੋ ਜਾਂ ਮੈਂ ਦੇਖ ਕਹਿੰਦੇ ਕਿਹਾ ਤੂੰ ਦਿਖਾਈ ਨਹੀਂ ਦਿਆ ਕੋਈ ਅਤੇ ਮੈਂ ਕਿਹਾ ਬਾਬੂ ਜੀ ਕਰੋ ਬੈਟਰੀ ਨਿਕਲੀ ਹੈ ਕੁਛ ਬੈਟਰੀ ਸੀ ਔਰ ਕਿਆ ਟਿਊਬਲਾਈਟ ਜਿਹੜੀ ਉਹ ਪਤਾ ਯਾਰ ਟਿਊਬਲਾਈਟ ਜੋਤੀ ਨੀ ਉਹ ਚਾਰਜੇਬਲ ਜੋਤੀ ਉਹ ਸੀ ਉਹ ਖੜਕ ਰਹੀ ਸੀ ਉਸਮੇ ਅੱਛਾ ਤੋ ਪਾਰਸਲ ਮੈਂ ਕੀਲੇ ਵੀ ਸੀ ਇਹ ਨਹੀਂ ਪਤਾ ਸਰ ਉਤਨੀ ਦੇਰ ਬਲਾਸਟ ਹੋ ਗਿਆ ਪਤਾ ਹੀ ਨਹੀਂ ਜ਼ਿਆਦਾ ਕੁਛ ਵੀ ਕਿਹਾ ਤੋ ਆਦਮੀ ਕੌਣ ਦਾ ਕਿਸ ਤਰ੍ਹਾਂ ਸਾ ਦਿਖਣੇ ਵਾਲਾ ਕਿਹਾ ਸਾ ਆਦਮੀ ਬਈਆ ਟਾਈਪ ਲੱਗਦਾ ਸਾ ਮੁਝੇ ਅੱਛਾ ਬਾਕੀ ਰਸੀਦ ਪੜੀ ਹੈ ਇਤਨਾ ਯਾਦ ਹੈ ਮੁਝੇ ਕਿ ਸ਼ਾਹਕੋਟ ਕਾ ਐਡਰੈਸ ਦਿਖਾ ਤਾ ਬੂਟਾ ਕਰਿਆਨਾ ਸਟੋਰ ਦਿਖਾ ਤਾ ਮਨਸੀਆ ਰੋਡ ਸ਼ਾਹਕੋਟ ਸ਼ਾਹਕੋਟ ਸੇ ਯਹਾਂ ਕਰਵਾਨੇ ਆਇਆ ਥਾ ਕੋਰੀਅਰ ਐਡਰੈਸ ਉਹ ਪੇ ਫਰੌਮ ਕਾ ਯਹੀ ਥਾ ਅੱਛਾ ਔਰ ਕਿਆ ਬਤਾਇਆ ਥਾ ਉਸਨੇ ਕੁਛ ਬਤਾਇਆ ਔਰ ਕੁਛ ਰੱਖ ਦੋ ਮਦਦ ਕਰ ਗਏ ਫਿਰ ਤੇ ਕਸਟਮਰ ਕੱਢ ਦੇ ਕਹਿੰਦਾ ਜਲਦੀ 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 ਕਰ ਦੋ ਮੈਂ ਰਸੀਦ ਕੱਢ ਕੇ ਦੇ ਦੇ ਤੋਰ ਵੀ ਕੋਈ ਜ਼ਖਮੀ ਹੋਇਆ ਇੱਕ ਬੈਠਾ ਤਾਂ ਹੈਗੇ ਜ਼ਖਮੀ ਹਾਂਜੀ ਉਹਦਾ ਹੈਗੋ ਗਏ ਹਾਂ ਉਹ ਵੀ ਸਾਹਮਣੇ ਬੈਠੇ ਨੇ ਉਹ ਵੀ ਥੋੜ੍ਹਾ ਬਹੁਤ ਲਗਾ ਉਹਦਾ ਸਾਹਮਣੇ ਕੱਢਿਆ ਸੀ ਕਿ ਨਾਲ ਕੋਰੀਅਰ ਕਰਾਉਣੇ ਆਏ ਸੀ ਤਾਂ ਜਦੋਂ ਕੋਰੀਅਰ ਦੇ ਕੇ ਗਿਆ ਤਾਂ ਉਸਨੇ ਕਿਆ ਬਤਾਇਆ ਕਿਆ ਇਸਮੇ ਟੀ ਸ਼ਰਟ ਅੱਛਾ ਤਾਂ ਫਿਰ ਆਪਨੇ ਕਿਆ ਕਹਾ ਮੈਂ ਪਹਿਲਾਂ ਤੋਂ ਦੇਖ ਕੇ ਪੈਕਿੰਗ ਮੈਨੇ ਕਿਹਾ ਬਾਰੀ ਲੱਗਤੀ ਉਸ ਕੋ ਪੁੱਛਿਆ ਵੀ ਕਹਿੰਦਾ ਨੇ ਟੀ ਸ਼ਰਟ ਸੀ ਜ਼ਿਆਦਾ ਟੀ ਸ਼ਰਟ ਹੈ ਮੈਂ ਉਹਨੇ ਜਦ ਕਰਾ ਕੇ ਦੇਖਾ ਛਣਕਦਾ ਤਾਂ ਫਿਰ ਜੋ ਕੋਰੀਅਰ ਕਰਾਉਣਾ ਹੈ ਮੈਨੇ ਕਿਹਾ ਬਾਬੂ ਜੀ ਇਸਮੇ ਗਲਤ ਚੀਜ਼ ਨਾ ਉਹ ਖੋਲ ਕੇ ਆਪ ਗਵਾਹ ਬੈਠੇ ਦੇਖ ਲੈਂਦੇ ਉਹ ਕਹਿੰਦਾ ਦੇਖ ਲਓ ਦੇਖਾ ਉਸਮੇ ਟਿਊਬਲਾਈਟ ਸੀ ਉਸ ਕੋ ਐਸੇ ਮਾੜਾ ਕੀਆ ਤੋਂ ਫਟ ਗਿਆ ਸਾਰਾ ਦੇਖਿਆ ਹੈਗਾ ਉੱਥੇ ਕੋਈ ਬੰਦਾ ਸੀਗਾ ਜਿਹੜੀ ਦੁਕਾਨ ਸੀਗੀ ਆਪਣੇ ਵਿਕਾਸ ਫੂਡ ਦੀ ਕੋਰੀਅਰ ਦੀ ਉੱਥੇ ਕੋਰੀਅਰ ਕਰਾਉਣ ਆਇਆ ਸੀਗਾ ਅਤੇ ਕੋਰੀਅਰ ਕਰਾ ਕੇ ਜਦੋਂ ਜਾਣ ਲੱਗਿਆ ਅਤੇ ਵਿਕਾਸ ਫੂਡ ਨੇ ਪੁੱਛਿਆ ਕਿ ਤੇਰਾ ਨੰਬਰ ਕੀ ਉਹਨੇ ਮੋਬਾਈਲ ਨੰਬਰ ਲਿਖਾਇਆ ਪਰ ਜਿਹੜਾ ਉਹਨੇ ਦੱਸਿਆ ਸੀਗਾ ਇਹਦੇ 'ਚ ਕੀ ਹੈਗਾ ਉਹਨੇ ਕੱਪੜੇ ਦੱਸੇ ਸੀਗੇ ਵੀ ਟੀ ਸ਼ਰਟ ਵਗੈਰਾ ਹੈਗੀ ਆ ਅਤੇ ਵੇਟ 3 ਕਿਲੋ ਹੈਗਾ ਅਤੇ ਵਿਕਾਸ ਫੂਡ ਨੂੰ ਮਹਿਸੂਸ ਹੋਇਆ ਕਿ ਇਹਦੇ ਭਾਰੀ ਚੀਜ਼ਾਂ ਖੜਕ ਕੇ ਉਹ ਖੋਲ੍ਹਣ ਦੀ ਕੋਸ਼ਿਸ਼ ਕੀਤੀ ਉਹ ਖੋਲ੍ਹਿਆ ਤਾਂ ਉਹਦੇ ਵਿੱਚੋਂ ਜਿਹੜਾ ਸੀਗਾ ਕੋਈ ਇਹ ਲਮੇਖਾ ਅਤੇ ਇੱਕ ਲਾਈਟਰ ਟਾਈਪ ਦਾ ਸੀਗਾ ਜਿਹੜਾ ਹੈਗਾ ਉਹ ਫਟ ਗਿਆ ਸੀ ਤਾਂ ਸਰ ਇਹ ਕੋਰੀਅਰ ਕਹਾਂ ਭੇਜਣਾ ਤਾਂ ਇਹ ਤਾਂ ਭੇਜਣਾ ਸੰਗਰੂਰ ਦਾ ਐਡਰੈਸ ਆ ਜੀ ਕੀ ਐਡਰੈਸ ਕਿਹਾ ਸਰ ਸੰਗਰੂਰ ਦਾ ਆਹੀ ਹੈਗਾ ਜੀ ਆਪਣਾ ਜਿਹੜਾ ਸਰ ਕਿਤਨੇ ਲੋਕ ਜ਼ਖਮੀ ਕੋਈ ਸੀਸੀਟੀਵੀ ਫੁਟੇਜ ਮਿਲੀ ਅਜੇ ਤਾਂ ਜੀ ਇੱਕ ਜਿਹੜਾ ਹੈਗਾ ਜ਼ਖਮੀ ਭਵਿੰਦਰ ਸਰ ਪਤਾ ਲੱਗਿਆ ਬੰਦਾ ਕਿੱਥੋਂ ਆਇਆ ਸੀ ਕੋਰੀਅਰ ਕਰਾਉਣ ਵਾਸਤੇ ਨਹੀਂ ਉਹਨੂੰ ਕੋਈ ਪਤਾ ਨਹੀਂ ਜਿਹੜਾ ਵਿਕਾਸ ਸੁਦਾਮ ਕੋਈ ਪਤਾ ਸਰ ਇਹ ਭੇਜਿਆ ਕਹਾਂ ਸੇ ਜਾਣਾ ਥਾ ਐਡਰੈਸ ਭੇਜਣ ਵਾਲੇ ਦਾ ਐਡਰੈਸ ਕਿਆ ਥਾ ਉਹਨੇ ਗਲਤ ਐਡਰੈਸ ਲਿਖਾ ਕੇ ਭੇਜਿਆ ਜੀ ਸ਼ਾਹਕੋਟ ਦਾ ਐਡਰੈਸ ਦਿੱਤਾ ਹੈਗਾ ਔਰ ਸੰਗਰੂਰ ਕਿਸ ਐਡਰੈਸ 'ਤੇ ਭੇਜਣਾ ਸਰ ਦੇਖਿਆ ਜੀ ਉਹ ਰਾਜਣਾ ਹਾਊਸ ਪਟਿਆਲਾ